BC ਦੇ ਖੇਤੀਬਾੜੀ ਉਦਯੋਗ ਦੇ ਵਿੱਚ ਦਰਜਨਾਂ ਅਸਥਾਈ ਵਿਦੇਸ਼ੀ ਕਾਮੇ ਐਤਵਾਰ ਨੂੰ ਇੱਕ ਬਾਈਕ ਰਾਈਡ ਵਿਰੁੱਧ ਪ੍ਰਦਰਸ਼ਨ ਦੇ ਲਈ ਇਕੱਠੇ ਹੋਏ। ਬਿਹਤਰ ਅਧਿਕਾਰਾਂ ਦੇ ਲਈ ਸੂਬਾਈ ਤੇ ਸੰਘੀ ਸਰਕਾਰਾਂ ਦਾ ਧਿਆਨ ਖਿੱਚਣ ਦੀ ਉਮੀਦ ਦੇ ਨਾਲ ਇਹ ਪ੍ਰਦਰਸ਼ਨ ਉਹਨਾਂ ਵੱਲੋਂ ਕੀਤਾ ਗਿਆ। ਉਹਨਾਂ ਦੇ ਅਕਾਲਾਂ ਦੇ ਵਿੱਚ ਵਰਕਰ ਜਿਹੜੇ ਨੇ ਉਹ $24 ਪ੍ਰਤੀ ਘੰਟਾ ਤਨਖਾਹ, ਓਵਰ ਟਾਈਮ ਅਤੇ ਕਾਨੂੰਨੀ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਉਹਨਾਂ ਲਈ ਲਾਜ਼ਮੀ ਤਨਖਾਹ, ਗੈਰ ਦਸਤਾਵੇਜ਼ ਸ਼ੁਦਾ ਕਾਮਿਆਂ ਨੂੰ ਕਾਨੂੰਨੀ ਬਣਾਉਣ ਦਾ ਇੱਕ ਮਾਰਗ ਅਤੇ ਸਹੀ ਸਿਹਤ ਸੰਭਾਲ ਕਵਰੇਜ ਚਾਹੁੰਦੇ ਨੇ। ਜਿਵੇਂ ਹੀ ਉਹ ਕੰਮ ਕਰਨਾ ਸ਼ੁਰੂ ਕਰਦੇ ਨੇ ਤਾਂ ਉਹ ਸੰਘੀ ਅਤੇ ਸੂਬਾਈ ਸਰਕਾਰਾਂ ਨੂੰ ਓਪਨ ਵਰਕ ਪਰਮਿਟ ਜਾਰੀ ਕਰਨ ਦੇ ਲਈ ਵੀ ਕਹਿ ਰਹੇ ਨੇ, ਜੋ ਉਹਨਾਂ ਨੂੰ ਪੂਰੇ ਕੈਨੇਡਾ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਮਲਟੀਪਲ ਮਾਲਕਾਂ ਦੇ ਲਈ ਕੰਮ ਕਰਨ ਦੀ ਇਜਾਜ਼ਤ ਦੇਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਕੱਲੇ ਮਾਲਕ ਨਾਲ ਨਾ ਬੰਨਣਾ ਜਿਹੜਾ ਉਹ ਸ਼ੋਸ਼ਣ ਅਤੇ ਦੁਰਵਿਵਹਾਰ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2023 ਦੇ ਵਿੱਚ ਦੇਸ਼ ਭਰ ਵਿੱਚ ਖੇਤੀਬਾੜੀ ਖੇਤਰ ਵਿੱਚ ਸਿਰਫ 70,000 ਤੋਂ ਵੱਧ ਅਸਥਾਈ ਵਿਦੇਸ਼ੀ ਕਾਮੇ ਸਨ, ਜਿਨ੍ਹਾਂ ਦੇ ਵਿੱਚ ਸਿਰਫ 10,000 ਤੋਂ ਵੱਧ ਇਕੱਲੇ BC ਵਿੱਚ ਹਨ। ਪ੍ਰਦਰਸ਼ਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ BC ਘੱਟੋ ਘੱਟ ਵੇਜਸ ਕਮਾ ਰਹੇ ਨੇ। ਕਈ ਲੋਕਾਂ ਦਾ ਮੰਨਣਾ ਹੈ ਕਿ ਪਰਿਵਾਰ ਪਾਲਣ ਦੇ ਲਈ $17.40 ਪ੍ਰਤੀ ਘੰਟਾ ਸੰਭਵ ਨਹੀਂ ਹੈ। ਹਰ ਚੀਜ਼ ਬਹੁਤ ਮਹਿੰਗੀ ਹੈ ਅਤੇ ਕੁਝ ਪਰਿਵਾਰ ਪੂਰਾ ਮਹੀਨਾ ਬਰਦਾਸ਼ਤ ਨਹੀਂ ਕਰ ਸਕਦੇ। ਇਹ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਹੈ। ਫਿਲਹਾਲ ਹੁਣ ਇੰਤਜ਼ਾਰ ਹੈ ਕਿ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਵੱਲੋਂ ਇਸ ਦਾ ਕੀ ਜਵਾਬ ਆਵੇਗਾ। ਜੈਸਪਰ ਨੈਸ਼ਨਲ ਪਾਰਕ ਦੇ ਜੰਗਲੀ ਅੱਗ ਕਾਰਨ 3 ਹਫ਼ਤਿਆਂ ਬਾਅਦ ਆਪਣੇ ਘਰਾਂ ਤੋਂ ਮਜਬੂਰ ਹੋਏ ਹਜ਼ਾਰਾਂ ਲੋਕਾਂ ਨੂੰ ਹੁਣ ਸ਼ੁੱਕਰਵਾਰ ਨੂੰ ਕਸਬੇ ਦੇ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਤਕਰੀਬਨ 5,000 ਦੇ ਕਰੀਬ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਸੀ। ਹਾਲਾਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਘਰ ਵਾਪਸੀ ਇੱਕ ਮੁਸ਼ਕਿਲ ਅਜਮਾਇਸ਼ ਦੀ ਸ਼ੁਰੂਆਤ ਹੋਵੇਗੀ। ਨਾਲ ਹੀ ਇਹ ਵੱਡੀ ਚੁਣੌਤੀ ਉਹਨਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਨੇ ਆਪਣੇ ਘਰ, ਕਾਰੋਬਾਰ ਅਤੇ ਕੀਮਤੀ ਸਥਾਨ ਜਿਹੜੇ ਨੇ ਉਹ ਗਵਾ ਦਿੱਤੇ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਪਹਿਲਾ ਕਦਮ ਭਾਈਚਾਰੇ ਦੇ ਲਈ ਕੁਝ ਉਮੀਦ ਲਿਆਉਂਦਾ ਹੈ। ਜੈਸਪਰ ਐਲਬਰਟਾ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ੁੱਕਰਵਾਰ ਨੂੰ ਕਮਿਊਨਿਟੀ ਦੇ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਜੰਗਲੀ ਅੱਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰਾਤ ਬਿਤਾਉਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਟਾਊਨ ਇੰਸੀਡੈਂਟ ਕਮਾਂਡੈਂਟ ਕ੍ਰਿਸਟੀਨ ਨੈਡਲ ਦਾ ਕਹਿਣਾ ਹੈ ਕਿ ਇਹ ਇੱਕ ਕੰਬਲ ਰੀਐਂਟਰੀ ਹੈ ਤਾਂ ਜੋ ਸਾਰਿਆਂ ਨੂੰ ਇੱਕ ਵਾਰ ਫਿਰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾ ਸਕੇ। ਨਿਵਾਸੀਆਂ ਨੂੰ ਆਪਣੀ ਜਾਇਦਾਦ ਦੇਖਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ, ਪਰ ਸੰਭਾਵਿਤ ਤੌਰ 'ਤੇ ਉਹਨਾਂ ਨੂੰ ਰਾਤ ਕਿਤੇ ਹੋਰ ਰਹਿਣਾ ਪਵੇਗਾ, ਕਿਉਂਕਿ ਜੈਸਪਰ ਦੇ ਵਿੱਚ ਤੁਸੀਂ ਆਪਣੀ ਪਹਿਲੀ ਰਾਤ ਬਿਤਾਉਣ 'ਤੇ ਭਰੋਸਾ ਨਹੀਂ ਕਰ ਸਕਦੇ। ਕੁਝ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ, ਜਿਵੇਂ ਕਿ ਬਿਜਲੀ ਅਤੇ ਪਾਣੀ ਮੁੜ ਜੋੜਨਾ ਸ਼ਾਮਿਲ ਹੈ। ਨੇਡਲ ਨੇ ਕਿਹਾ ਹੈ ਕਿ ਕਰਿਆਨੇ ਦੀਆਂ ਦੁਕਾਨਾਂ ਵਰਗੀਆਂ ਗੰਭੀਰ ਪ੍ਰਚੂਨ ਸੇਵਾਵਾਂ ਅਜੇ ਵੀ ਕੰਮ ਦੇ ਵਿੱਚ ਹੈ। ਪਾਰਕ ਟ੍ਰੇਲਸ, ਕੈਂਪਗਰਾਊਂਡਸ ਅਤੇ ਮੁੜ ਪ੍ਰਵੇਸ਼ ਪੜਾਅ ਵੀ ਸ਼ਾਮਿਲ ਨਹੀਂ ਕੀਤੇ ਗਏ ਨੇ, ਕਿਉਂਕਿ ਉਹਨਾਂ ਨੂੰ ਸੁਰੱਖਿਆ ਲਈ ਅਜੇ ਵੀ ਮੁਲਾਂਕਣ ਕਰਨ ਦੀ ਲੋੜ ਹੈ। ਪਾਰਕਸ ਕੈਨੇਡਾ ਦੇ ਘਟਨਾ ਕਮਾਂਡਰ ਨੇ ਕਿਹਾ ਹੈ ਮਿਊਨਸੀਪਲਟੀ ਦੇ ਵਿੱਚ ਦੁਬਾਰਾ ਦਾਖਲਾ ਉਹਨਾਂ ਲੋਕਾਂ ਲਈ ਚੁਣੌਤੀਆਂ ਪੈਦਾ ਕਰੇਗਾ ਜਿਨ੍ਹਾਂ ਨੇ ਆਪਣੇ ਘਰ, ਕਾਰੋਬਾਰ ਅਤੇ ਕੀਮਤੀ ਸਮਾਨ ਗੁਆ ਦਿੱਤੇ ਨੇ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪਹਿਲਾ ਕਦਮ ਭਾਈਚਾਰੇ ਲਈ ਕੁਝ ਉਮੀਦ ਲੈ ਕੇ ਆਵੇਗਾ। ਇਹ ਲਗਭਗ 3 ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਲਗਭਗ 25,000 ਲੋਕ ਜੈਸਪਰ ਟਾਊਨ ਸਾਈਟ ਅਤੇ ਇਸ ਦੇ ਰਾਸ਼ਟਰੀ ਪਾਰਕ ਤੋਂ ਭੱਜ ਗਏ, ਕਿਉਂਕਿ ਖੇਤਰ ਦੇ ਨੇੜੇ ਜੰਗਲੀ ਅੱਗ ਫੈਲ ਗਈ ਸੀ। ਅੱਗ ਨੇ ਸ਼ਹਿਰ ਦੀਆਂ ਇਮਾਰਤਾਂ ਦਾ ਇੱਕ ਤਿਹਾਈ ਹਿੱਸਾ ਤਬਾਹ ਕਰ ਦਿੱਤਾ। ਹਫ਼ਤੇ ਦੇ ਅੰਤ ਵਿੱਚ ਪਾਰਕਸ ਕੈਨੇਡਾ ਨੇ ਕਿਹਾ ਕਿ ਐਡਮਿੰਟਨ ਦੇ ਦੱਖਣ ਪੱਛਮ ਵਿੱਚ 367 ਕਿਲੋਮੀਟਰ ਦੂਰ ਪਹਾੜੀ ਸ਼ਹਿਰ ਦੇ ਵਿੱਚ ਰਿਹਾਇਸ਼ ਸੇਵਾਵਾਂ ਨੂੰ ਬਹਾਲ ਕਰਨ ਦੇ ਵਿੱਚ 3 ਹਫ਼ਤਿਆਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਐਤਵਾਰ ਰਾਤ ਤੱਕ ਅੱਗ 330 ਵਰਗ ਕਿਲੋਮੀਟਰ ਦੇ ਆਕਾਰ 'ਤੇ ਸੀ, ਜੋ ਕਿ ਕੰਟਰੋਲ ਤੋਂ ਬਾਹਰ ਸੀ। 3 ਅਗਸਤ ਨੂੰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਨੇ ਇੱਕ 24 ਸਾਲਾਂ
ਵਾਈਲਡ ਲੈਂਡ ਫਾਇਰ ਫਾਈਟਰ ਮੋਰਗਨ ਕਿਚਨ ਦੀ ਜਾਨ ਲੈ ਲਈ। ਨੇਡਾ ਨੇ ਕਿਹਾ ਕਿ ਇਸ ਸਮੇਂ ਉਹਨਾਂ ਲੋਕਾਂ ਲਈ ਕੋਈ ਵਸੀਲੇ ਜਾਂ ਰਿਹਾਇਸ਼ ਨਹੀਂ ਹੈ ਜਿਨ੍ਹਾਂ ਨੇ ਅੱਗ ਦੇ ਵਿੱਚ ਆਪਣੇ ਘਰ ਗੁਆ ਦਿੱਤੇ ਨੇ। ਅਧਿਕਾਰੀ ਕਸਬੇ ਦੇ ਵਿੱਚ ਆਉਣ ਤੋਂ ਪਹਿਲਾਂ ਕੁਝ ਦਿਨ ਉਡੀਕ ਕਰਨ ਦੀ ਸਲਾਹ ਦਿੰਦੇ ਨੇ। ਜਿਨ੍ਹਾਂ ਦੇ ਕੋਲ ਘਰ ਨਹੀਂ ਹੈ ਉਹਨਾਂ ਲਈ ਆਉਣ ਅਤੇ ਸਾਈਟ ਨੂੰ ਦੇਖਣ ਲਈ ਸਵਾਗਤ ਹੈ, ਪਰ ਸਪਸ਼ਟ ਤੌਰ 'ਤੇ ਕਿਤੇ ਹੋਰ ਰਹਿਣ ਦੀ ਯੋਜਨਾ ਵੀ ਬਣਾਉਣੀ ਚਾਹੀਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।